ਬਲਰਾਮ ਸਿੰਘ ਮਟੋਲਦਾ ਸੂਬਾ ਖਜ਼ਾਨਚੀ ਭਾਰਤੀ ਕਿਸਾਨ ਏਕਤਾ ਦਿਖਾਉਂਦਾ ਅਸੀਂ ਇੱਥੇ ਜਾਏ ਆ ਕਿਉਂਕਿ ਪੂਰੇ ਦੇਸ਼ ਦੀ 250 ਕਿਸਾਨ ਜਥੇਬੰਦੀਆਂ ਦੀ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਬਣਾਈ ਗਈ ਹੈ ਉਹਦੇ ਚ ਜਿਹੜੀ ਵਿਕੀਓ ਦਿਖਾਉਂਦਾ ਇਹ ਵੀ ਇੱਕ ਹਿੱਸਾ ਅਸੀਂ ਉਹਦੇ ਮੈਂਬਰ ਆ ਉਹਦੇ ਸੱਦੇ ਤੇ ਪੂਰੇ ਦੇਸ਼ ਦੇ ਵਿੱਚ ਅੱਜ ਪਿੰਡੂ ਭਾਰਤ ਬਣਦਾ ਮਤਲਬ ਪਿੰਡਾਂ ਦੇ ਲੋਕ ਨਾ ਬਾਜ਼ਾਰਾਂ 'ਚ ਜਾਣਗੇ ਕੁਛ ਖਰੀਦਣਗੇ ਅਤੇ ਨਾ ਬਾਜ਼ਾਰਾਂ ਦੇ ਵਿੱਚ ਜਾ ਕੇ ਕੁਛ ਵੇਚਣਗੇ ਇਹ ਪਿੰਡੂ ਭਾਰਤ ਬੰਦ ਦਾ ਸੱਦਾ ਅਤੇ ਉਸ ਸੱਦੇ 'ਤੇ ਕਿਸਾਨ ਜਥੇਬੰਦੀਆਂ ਵੱਖ ਵੱਖ ਥਾਈਂ ਪਟਿਆਲੇ ਜ਼ਿਲ੍ਹੇ 'ਚ ਕੋਈ ਕਿਸੇ ਰੋਡ 'ਤੇ ਹੈ ਕੋਈ ਕਿਸੇ ਰੋਡ 'ਤੇ ਇੱਥੇ ਦੋ ਤਿੰਨ ਜਥੇਬੰਦੀਆਂ ਨੇ ਪਟਿਆਲੇ ਵਿੱਚ ਕੁਝ ਤਾਂ ਉੱਧਰ ਪਾਤਰਾ ਸਾਈਡ ਕਰ ਰਹੀਆਂ ਨੇ ਕੁਝ ਪਟਿਆਲੇ ਦੀ ਇੱਕ ਸਾਈਡ 'ਤੇ ਕਰ ਰਹੀਆਂ ਨੇ ਅਸੀਂ ਵਿਕੀ ਉਡਕਾਉਂਦਾ ਇੱਥੇ ਡੀ ਸੀ ਦਫ਼ਤਰ ਦੇ ਸਾਹਮਣੇ ਇਹ ਆਪਣਾ ਜਿਹੜਾ ਮੁਜ਼ਾਹਰਾ ਕਰ ਰਿਹਾ ਰੋਸ ਮੁਜ਼ਾਹਰਾ ਰੋਸ ਮੁਜ਼ਾਹਰੇ ਦਾ ਮਤਲਬ ਵੀ ਸਾਡੀਆਂ ਮੰਗਾਂ ਨਹੀਂ ਸੁਣ ਰਹੀ ਸਰਕਾਰ ਇਹ ਮਤਲਬ ਹੈ ਮੰਗਾਂ ਦਾ ਚਾਰਟਰ ਅਸੀਂ ਨਾਲ ਦਿੰਦੇ ਹਾਂ ਪ੍ਰੈਸ ਰਿਪੋਰਟਰਾਂ ਨੂੰ ਅਤੇ ਇਸ ਕਰਕੇ ਸਾਡੇ 'ਚ ਖਾਸ ਜਿਹੜਾ ਹੈ ਇੱਕ ਤਾਂ ਅਸੀਂ ਇਹ ਚਾਹੁੰਦੇ ਹਾਂ ਸਾਡੀ ਜਿਹੜੀ ਸਾਰੀ ਦੇਸ਼ ਦੀ ਜਥੇਬੰਦੀ ਹੈ ਵੀ ਇੱਕ ਵਾਰੀ ਦੇਸ਼ ਦੇ ਕਿਸਾਨ ਨੂੰ ਸਰਕਾਰੀ ਅਰਧ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦਾ ਜੋ ਕਰਜ਼ਾ ਹੈ ਉਹ ਤੋਂ ਸੰਪੂਰਨ ਕਰਜ਼ਾ ਮੁਕਤ ਕਰੋ ਬਾਅਦ 'ਚ ਉਹਨੂੰ ਬਹੁਤ ਘੱਟ ਵਿਆਜ 'ਤੇ ਪੈਸਾ ਦਿਓ ਔਰ ਲੰਬੀ ਟਾਈਮ ਦਾ ਤਾਂ ਕਿ ਇਹਦੀ ਆਰਥਿਕ ਹਾਲਤ ਸੁਧਰ ਸਕੇ।